ਅੱਛਾ ਭਾਈ ਸ਼ਾਹ ਦਾ ਜਿਹੜੇ ਆਪਣੇ ਬੱਚੇ ਆਏ ਆ, ਇਹ ਆਪਣੀਆਂ ਬੱਕਰੀਆਂ ਦੀ ਨਸਲ ਹੈ? ਹਾਂਜੀ, ਆਏ ਵਾ ਬੱਚੇ ਆਪ ਸੋਹਣੇ ਦੇਖੋ ਮਾਸ਼ਾਅੱਲਾ ਕਿੱਡੇ ਸੋਹਣੇ ਜੀ, ਕਾਲੇ ਰੰਗ ਦਾ ਪੀਤਲ ਆ ਮਾਸ਼ਾਅੱਲਾ, ਵੇਖੋ ਕਿੱਡਾ ਪਿਆਰਾ ਪੁੱਤਰਾ, ਕੰਨ ਸ਼ਾਨਣ ਸੋਹਣਾ ਲੱਗਿਆ ਹੋਇਆ, ਝਾਲਰ ਸ਼ਾਲਰ ਹੁਣੇ ਖੁੱਲੀ ਡੁੱਲੀ ਆ ਮਾਸ਼ਾਅੱਲਾ, ਹੱਥ ਮੋਟੀ ਸੋਹਣੀ, ਇਹਦੇ ਕੰਨ ਸ਼ਾਨ ਚੈੱਕ ਕਰੋ, ਸੋਹਣੇ ਬੱਚੇ ਆਏ ਹੋਏ ਮਾਸ਼ਾਅੱਲਾ, ਬਿਹਤਰੀਨ ਕਿਸਮ ਦੇ, ਬੜੇ ਪਿਆਰੇ ਜਾਨਵਰ। ਸ਼ਾਹ ਦੇ ਜਿਹੜਾ ਬੱਚੇ ਤੁਸੀਂ ਇਹ ਜਿਹੜੇ ਆ, ਹੈ ਅੱਛਾ, ਇਹਨਾਂ ਨੂੰ ਦੁੱਧ ਦੋ ਟਾਈਮ ਛੱਡਦੇ ਤਿੰਨ ਟਾਈਮ ਛੱਡਦੇ ਹੋ? ਅਸੀਂ ਇਹਨਾਂ ਨੂੰ ਦੋ ਟਾਈਮ ਦੁੱਧ ਛੱਡ ਦਿਓ। ਹਾਂਜੀ ਠੀਕ ਹੋ ਗਿਆ। ਤੇ ਜਦੋਂ ਮਸਲਾ ਬੱਚਾ 10 ਦਿਨ ਦਾ ਹੁੰਦਾ ਵਾ, ਉਹਨੂੰ ਤਿੰਨ ਟਾਈਮ ਛੱਡਣਾ ਚਾਹੀਦਾ ਦੋ ਟਾਈਮ ਹੀ? ਜੋ ਛੋਟਾ ਬੱਚਾ ਹੁੰਦਾ ਇੱਕ ਹਫ਼ਤੇ ਤੱਕ ਤਿੰਨ ਟਾਈਮ ਪਿਲਾਉਣਾ ਚਾਹੀਦਾ ਵਾ, ਉਸ ਤੋਂ ਬਾਅਦ ਫਿਰ ਦੋ ਟਾਈਮ ਤੇ ਇਹਨੂੰ ਲਿਆਓ। ਠੀਕ ਹੋ ਗਿਆ। ਤੇ ਜਿਹੜਾ ਬੱਚਾ ਚਾਰਾ ਕਿੰਨੀ ਦੇਰ ਬਾਅਦ ਖਾਣਾ ਸ਼ੁਰੂ ਕਰਦਾ ਹੁੰਦਾ? ਤਕਰੀਬਨ 15 ਦਿਨ ਬਾਅਦ। 15 ਦਿਨਾਂ ਬਾਅਦ ਚਾਰੇ ਦਿਨ ਜ਼ਰੂਰਤ ਸ਼ੁਰੂ ਹੋ ਜਾਂਦੀ। ਹਾਂਜੀ ਠੀਕ। ਵੈਸੇ ਤੇ ਤੁਸੀਂ ਮੌਸਮ ਦੇ ਲਿਹਾਜ਼ ਨਾਲ, ਜਿਸ ਤਰ੍ਹਾਂ ਹੁਣ ਗਰਮੀ ਆ ਰਹੀ ਹੈ, ਜਿਹੜੀ ਹੁਣ ਸਾਡੇ ਕੋਈ ਵੀ ਬੱਕਰੀ ਦੇ ਨਵੇਂ ਬੱਚੇ ਆਣਗੇ, ਹਾਂਜੀ ਹਾਂਜੀ, ਤੇ ਅਸੀਂ ਉਹਨਾਂ ਜਦੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਨਾਲ ਹੀ ਅਸੀਂ ਫਿਰ ਉਹਨਾਂ ਨੂੰ ਉਹ ਵੰਡਾ ਪਾਉਣਾ ਸ਼ੁਰੂ ਕਰ ਦੇਈਦਾ ਵਾ। ਫਿਰ ਬਾਅਦ ਕਾ ਤੇ ਇਸ ਤਰ੍ਹਾਂ ਹੁੰਦਾ ਕਿ ਹਫ਼ਤਾ 10 ਦਿਨਾਂ ਦੇ ਅੰਦਰ ਅੰਦਰ ਹੀ ਖਾਣਾ ਸ਼ੁਰੂ ਕਰ ਦਿੰਦੇ। ਹਫ਼ਤੇ 10 ਦਿਨ ਦਾ ਹੋ ਕੇ ਬੱਚਾ ਖੁਰਾਕ ਖਾਣੀ ਸ਼ੁਰੂ ਕਰ ਦਿੰਦਾ, ਫੀਡਿੰਗ ਆਪਣੀ ਸ਼ੁਰੂ ਕਰ ਦਿੰਦਾ। ਠੀਕ ਹੋ ਗਿਆ। ਆ ਕੁਰਬਾਨੀ ਵਾਲੇ ਬੱਕਰੇ ਆ? ਹਾਂਜੀ, ਕੁਰਬਾਨੀ ਵਾਲੇ ਬੱਕਰੇ। ਠੀਕ ਆ। ਕਿੰਨੇ ਬੱਕਰੇ ਆ? ਇਹ ਬੱਕਰੇ ਹੈ 20 ਬੱਕਰੇ ਆ। 20 ਬੱਕਰੇ ਆ, ਮਾਸ਼ਾਅੱਲਾ। ਇਹ ਆਪਣੇ ਘਰ ਦੇ ਆ ਜਾਂ ਪਰਚੇਜ਼ ਕੀਤੇ ਆ ਸਾਰੇ? ਇਹ ਸਾਰੇ ਘਰ ਦੇ। ਸਾਰੇ ਘਰ ਦੇ ਆ। ਹਾਂਜੀ 20 ਬੱਕਰੇ। ਹਰ ਦਫਾ ਬੱਕਰੇ ਸੇਲ ਕਰਦੇ ਹੁੰਦੇ ਕੁਰਬਾਨੀ ਤੇ? ਹਾਂਜੀ। ਤਕਰੀਬਨ ਐਵਰੇਜ 50 60 70 80 ਕਿੰਨੇ ਦਾ ਬੱਕਰਾ ਚਲੇ ਜਾਂਦਾ? ਪਿਛਲੇ ਸਾਲ ਅਸੀਂ ਭਈ ਅਰਸ਼ਦ, ਅਸਲ ਵਿੱਚ ਨਾ ਪਿਛਲੇ ਸਾਲ ਅਸੀਂ ਕੁਰਬਾਨੀ ਤੇ ਨਹੀਂ ਅਸੀਂ ਸੇਲ ਕੀਤੇ, ਅਸੀਂ ਪਹਿਲੇ ਸੇਲ ਕਰ ਦਿੱਤੇ ਸੀਗੇ। ਠੀਕ ਹੋ ਗਿਆ। ਹਾਂਜੀ, ਇਸ ਦਫਾ ਜਿਹੜਾ ਅਸੀਂ ਕੁਰਬਾਨੀ ਤੇ ਅਸੀਂ ਸੇਲ ਕਰਨੇ, ਕਿਉਂਕਿ ਪਿਛਲੇ ਸਾਲ ਜਿਹੜੀ ਸੂਰਤ ਹਾਲ ਹੈ ਸੀ ਨਾ, ਪਹਿਲੀ ਨਜ਼ਰ ਆ ਰਹੀ ਸੀਗੀ। ਹਾਂਜੀ ਹਾਂਜੀ, ਟਾਈਮ ਨਹੀਂ ਕੱਢ ਦਿੱਤੇ ਬਿਲਕੁਲ, ਟਾਈਮ ਨਾਲ ਹੀ ਅਸੀਂ ਕੱਢ ਦਿੱਤੀ। ਇਸ ਦਫਾ ਇਨਸ਼ਾਅੱਲਾ ਨਾ ਦੇਣਾ ਕਿ ਇਨਸ਼ਾਅੱਲਾ ਕੁਰਬਾਨੀ ਤੇ ਸੇਲ ਕਰਾਂਗੇ ਇਹਨਾਂ ਨੂੰ। ਕੀ ਐਵਰੇਜ ਨਿਕਲ ਗਿਆ ਸੀ ਬੱਕਰਾ? ਬੱਕਰਾ ਪਿਛਲੇ ਸਾਲ ਜਦੋਂ ਅਸੀਂ ਸੇਲ ਕੀਤੇ ਸੀ ਸਾਡਾ, ਕਿਉਂਕਿ ਅਸੀਂ ਖੀਰੇ ਹੀ ਬੱਕਰੇ ਅਸੀਂ ਸੇਲ ਕਰ ਦਿੱਤੇ ਸੀਗੇ, ਉਹ ਤਕਰੀਬਨ ਸਾਡੀ ਕੋਈ 40,000 ਰੁਪਏ ਪੁੱਠਾ ਗਿਆ। ਹਾਂ, ਪੁੱਠਾ ਗਿਆ ਫੀ ਨਾਲ 40,000 ਰੁਪਏ। ਹਾਂਜੀ ਠੀਕ ਹੋ ਗਿਆ। ਇਹ ਬਰੀਡਰ ਆਪਣਾ ਘਰ ਦਾ ਵਾ ਜੀ, ਬੱਕਰੀਆਂ ਜਿਹੜਾ ਛੱਡਿਆ ਇਹਦੇ ਬੱਚੇ ਆਏ ਹੈ। ਹਾਂਜੀ, ਬੱਕਰਾ ਬਰੀਡਰ ਚੈੱਕ ਕਰੋ ਮਾਸ਼ਾਅੱਲਾ, ਚੱਲ ਪਿਓਰ ਪੀਤਲ ਆ ਜੀ, ਪਿਓਰ ਦੇਖੋ, ਚੱਲ ਬੜਾ ਪਿਆਰਾ ਭਾਈ ਸ਼ਾਹਦ ਹੋਣਾ ਬੱਕਰਾ ਰੱਖਿਆ, ਦੇਖੋ ਬਹੁਤ ਪਿਆਰਾ ਖੁੱਲੀ ਖਾਲਦਾ ਮਾਸ਼ਾਅੱਲਾ, ਮੱਥਾ ਦਾ ਵੇਖੋ ਕਿੱਡਾ ਸੋਹਣਾ, ਨਕੌੜਾ ਬੜਾ ਪਿਆਰਾ ਲੱਗਿਆ ਹੋਇਆ, ਸਿੰਘ ਵੇਖੋ ਕਿੱਡਾ ਖੂਬਸੂਰਤ ਆ, ਨਾਲ ਬੜੇ ਪਿਆਰੇ ਖੁੱਲੇ ਨਾਲ ਆ ਮਾਸ਼ਾਅੱਲਾ, ਲੱਤ ਖੋਲ ਕੇ ਰੱਖਦਾ ਮਾਸ਼ਾਅੱਲਾ, ਬਿਹਤਰੀਨ ਕਿਸਮ ਦਾ ਬਟੋਰਾ ਮਾਸ਼ਾਅੱਲਾ। ਬੱਚੇ ਤੁਸੀਂ ਇਹਦੇ ਦੇਖੇ ਆ, ਬੜੇ ਪਿਆਰੇ ਬੱਚੇ ਜਮਾਉਂਦਾ ਜੀ ਮਾਸ਼ਾਅੱਲਾ, ਬੜੇ ਪਿਆਰੇ ਦੇਖੋ, ਖੂਬਸੂਰਤ ਮਾਸ਼ਾਅੱਲਾ ਦੇਖੋ। ਉਸ ਬਾਅਦ ਤੁਹਾਨੂੰ ਦੂਸਰੇ ਬੱਕਰੇ ਚੈੱਕ ਕਰਾਉਣੇ ਆ ਭਾਈ ਸ਼ਾਹਦ ਹੋਣੇ, ਹੁਣ ਦੁਬਾਰਾ ਬੱਕਰਾ ਜਿਹੜਾ ਛੋਟਾ ਤਿਆਰ ਕਰ ਰਹੇ ਆ, ਉਹਦਾ ਪੁੱਤਰ ਆ ਜੀ ਇਹ? ਨਹੀਂ, ਇਹ ਲੈਦਾ ਵਾ, ਲੈਦਾ। ਆਹ ਦੇਖੋ ਬੱਚਾ, ਇਹ ਵੀ ਸੋਹਣਾ ਤਿਆਰ ਹੋ ਰਿਹਾ ਮਾਸ਼ਾਅੱਲਾ, ਬੜੀ ਗਰੋਥ ਕਰ ਰਿਹਾ ਮਾਸ਼ਾਅੱਲਾ, ਨੱਕ ਨੂੰ ਸੋਹਣਾ ਲੱਗਿਆ, ਸਿੰਘ ਬੜਾ ਪਿਆਰਾ ਲੱਗਿਆ ਹੋਇਆ ਇਹਨੂੰ ਸੁਣੇ ਨਾਲ, ਸੋਹਣਾ ਬੱਚਾ ਬਿਹਤਰੀਨ ਕਿਸਮ ਦਾ ਮਾਸ਼ਾਅੱਲਾ, ਡੱਬ ਛੱਬ ਸੋਹਣਾ, ਪ੍ਰਿੰਟ ਬੜਾ ਪਿਆਰਾ ਲੱਗਿਆ ਹੋਇਆ ਮਾਸ਼ਾਅੱਲਾ, ਬਹੁਤ ਖੂਬਸੂਰਤ ਬੱਕਰਾ ਜੀ।
ਬੱਕਰੇ ਇਹਨਾਂ ਦੇ ਸਾਰੇ ਸੋਹਣੇ ਆ ਮਾਸ਼ਾਅੱਲਾ, ਬਿਹਤਰੀਨ ਕਿਸਮ ਦੇ ਬੱਕਰੇ। ਤੇ ਇਹ ਨਾਗਰਾ ਆਪਣਾ ਘਰ ਦਾ ਵਾ? ਹਾਂਜੀ ਘਰ ਦਾ ਹੈ। ਬੱਕਰਾ ਚੈੱਕ ਕਰੋ ਭਾਈ ਸ਼ਾਹ ਹਦਨਾ ਕੋਲ, ਨਾਗਰੇ ਰੰਗ ਦਾ ਬਹੁਤ ਪਿਆਰਾ ਬੱਕਰਾ ਮਾਸ਼ਾਅੱਲਾ। ਸਿੰਘ ਇਹਦਾ ਵੀ ਬੜਾ ਚੱਪੂ, ਸੋਹਣਾ ਚੌੜਾ ਸਿੰਘ ਲੱਗਿਆ, ਨਕੌੜਾ ਇਹਦਾ ਵੀ ਖੂਬਸੂਰਤ ਆ ਮਾਸ਼ਾਅੱਲਾ। ਝਾਲਰ ਦੇਖੋ ਇਹਦੀ, ਵਾਕਈ ਰੋਈ ਦੇ ਜਾਨਵਰ ਤਰ੍ਹਾਂ ਖੁੱਲੀ ਝਾਲਰ ਆ ਮਾਸ਼ਾਅੱਲਾ, ਖੁੱਲੀ ਖਲਦਾ ਪਿਓਰ ਨਾਗਰਾ ਮਾਸ਼ਾਅੱਲਾ। ਉੱਤੇ ਕਾਲੀ ਲਕੀਰ ਆ ਜੀ, ਸਾਰਾ ਲਾਲ ਸੂਆ ਪਠੋਰਾ ਮਾਸ਼ਾਅੱਲਾ। ਨਾਲ ਸ਼ਾਲ ਸੋਹਣੇ ਲੱਗੇ ਇਹਨੂੰ, ਬੜਾ ਪਿਆਰੇ ਤੇ ਨਾਲ ਲੱਗੇ ਹੋਏ। ਇਹ ਘਰ ਤੇ ਆਲ ਆਪਣੀ ਬੱਕਰੀ ਚੋਂ ਆਇਆ ਕਿਸੇ ਜੀ? ਆਪਣੀ ਬੱਕਰੀ ਮਾਂ ਇਹਦੀ ਕੋਲ ਫਿਰਦੀ ਹੈ ਜੇ? ਹਾਂਜੀ ਮਾਂ ਇਹਦੀ ਉਧਰ। ਉਹ ਸਾਹੀਵਾਲ ਦੀ ਤਾਂ ਨਾ ਜਿਹੜੀ ਅੱਗੇ? ਨਹੀਂ ਨਹੀਂ ਹੋਰ ਆ। ਅੱਛਾ ਅੱਛਾ, ਇਹਦੀ ਮਾਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਮਾਸ਼ਾਅੱਲਾ। ਬੜਾ ਪਿਆਰਾ ਬੱਕਰਾ ਭਾਈ ਸ਼ਾਹ ਉਹਨਾਂ ਕੋਲ, ਬਹੁਤ ਖੂਬਸੂਰਤ। ਇਹ ਰੱਖਣਾ ਜਾਂ ਵੀ ਸੇਲ ਕਰਨਾ ਵਾ? ਨਹੀਂ ਇਹ ਰੱਖਣਾ, ਇਹ ਬਰੀਡਰ। ਇੱਕ ਇਹ ਰੱਖਣਾ ਵਾ ਤੇ ਇੱਕ ਆ, ਤਿੰਨ ਬੱਕਰੇ ਰੱਖਣੇ ਆ? ਹਾਂਜੀ ਸਾਡੇ ਕੋਲ ਤਿੰਨ ਬਰੀਡਰ। ਠੀਕ, ਤਿੰਨ ਬਰੀਡਰ ਐਟ ਅ ਟਾਈਮ ਰਹਿਣਗੇ? ਹਾਂਜੀ ਠੀਕ ਹੋ ਗਿਆ, ਬਕਾਇਆ ਕੁਰਬਾਨੀ ਤੇ ਸੇਲ ਕਰਦੇ ਇਨਸ਼ਾਅੱਲਾ। ਠੀਕ ਹੋ ਗਿਆ, ਤੁਹਾਨੂੰ ਆ ਪੱਠਾਂ ਵੀ ਹੋਣੇ, ਕੁਛ ਪੱਠਾਂ ਨੇ ਸਾਈਡ ਤੇ ਕੀਤੀਆਂ ਹੋਈਆਂ ਪੱਠਾਂ ਭਾਈ ਸ਼ਾਹ ਉਹਨਾਂ ਕੋਲ ਸਾਈਡ ਤੇ ਕੀਤੀਆਂ ਨੇ ਕੁਛ ਪੱਠਾਂ, ਤੇ ਸੋਹਣੀਆਂ ਪੱਠਾਂ ਸਾਰੀਆਂ ਮਾਸ਼ਾਅੱਲਾ। ਬੱਕਰਾ ਤੁਹਾਨੂੰ ਪਿਓ ਵਿਖਾਇਆ, ਉਹ ਬੜਾ ਪਿਆਰਾ, ਬਹੁਤ ਪਿਆਰੀਆਂ ਪੱਠਾਂ ਮਾਸ਼ਾਅੱਲਾ, ਸਿਹਤਮੰਦ ਗੁੰਦੀਆਂ, ਬਿਹਤਰੀਨ ਕਿਸਮ ਦੀਆਂ ਮਾਸ਼ਾਅੱਲਾ। ਭਾਈ ਸ਼ਾਹ ਜਿਹੜਾ ਬੱਕਰਾ ਛੱਡਦੇ ਹੁੰਦੇ ਵਿੱਚ, ਹਾਂਜੀ, ਔਰ ਤੁਹਾਡਾ ਸੂਆ ਲੈਣ ਦਾ, ਬੱਚੇ ਲੈਣ ਦਾ ਕਿਹੜੀ ਟਾਈਮ ਤੁਸੀਂ ਅੱਛੀ ਸਮਝਦੇ ਆ? ਜਿਹੜੀ ਨਾ ਫਾਰਮਰਾਂ ਦੇ ਜਿਹੜੇ ਬੱਚੇ ਨਾ, ਮਟਰਲਿਟੀ ਬਹੁਤ ਹੁੰਦੀ, ਮਰਦੇ ਬਹੁਤ ਆ, ਉਹਦੇ ਵਾਸਤੇ ਤੁਸੀਂ ਅੱਛਾ ਮੌਸਮ ਕਿਹੜਾ ਡਿਸਾਈਡ ਕਰਦੇ ਆ? ਬੱਕਰੇ ਨੂੰ ਛੱਡਣ ਦਾ ਕੀ ਸਿਸਟਮ ਤੁਸੀਂ ਦੱਸੋਗੇ? ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਦੱਸਣਾ ਵੀ ਜਦੋਂ ਬੱਕਰੀਆਂ ਛੱਡਣਾ ਵਿੱਚ ਬੱਕਰਾ ਛੱਡਣਾ ਵਾ, ਜਾਂ ਬੱਕਰੀਆਂ ਨੂੰ ਕੀ ਦੇਣਾ ਲੈਣਾ ਚਾਹੀਦਾ ਜਿਹੜੇ ਬੱਚੇ ਦੇਣ ਦੀ ਜ਼ਿਆਦਾ ਸਲਾਹੀਅਤ ਰੱਖਣ, ਤੇ ਉਸ ਤੋਂ ਬਾਅਦ ਬੱਚਾ ਸਿਹਤਮੰਦ ਦੇਣ, ਉਹ ਵੀ ਕੁਝ ਦੋਸਤਾਂ ਨੂੰ ਦੱਸ ਦਿਓ ਦੇਸੀ ਟੋਟ ਕੇ, ਤੇ ਦੱਸੋ ਜਰਾ। ਤੇ ਅਰਸ਼ਦ, ਇਹ ਜਦੋਂ ਅਸੀਂ ਹੁਣ ਇਹਨਾਂ ਨੂੰ ਬਰੀਡਰ ਇਹਨਾਂ ਵਿੱਚ ਛੋੜਦਾ ਨਾ, ਅਸੀਂ ਬਰੀਡਰ ਅਸੀਂ ਛੋੜਦੇ ਹਾਂ, ਛੋੜਨਾ ਵਾ ਇਹ ਤੀਸਰੇ ਮਹੀਨੇ ਜਾਂ ਚੌਥੇ ਮਹੀਨੇ, ਅਸੀਂ ਚੌਥੇ ਮਹੀਨੇ ਅਸੀਂ ਛੱਡਾਂਗੇ, ਚੌਥੇ ਮਹੀਨੇ ਛੱਡ ਦੇਣਾ। ਹਾਂ ਚੌਥੇ ਮਹੀਨੇ ਛੱਡ ਦਾਂਗੇ, ਠੀਕ ਹੈ ਨਾ? ਉਹ ਆ ਕਿ ਸਰਦੀ ਤੋਂ ਪਹਿਲੇ ਪਹਿਲੇ ਕਿਹੜੀ ਤਰੀਕ ਨੂੰ ਮਸਲਨ ਛੱਡੋ ਛੱਡੋਗੇ? ਉਹ ਯਕਮ ਅਪ੍ਰੈਲ ਛੱਡ ਦੇਣਾ। ਹਾਂ ਛੱਡ ਦੇਣਾ। ਹਾਂ ਠੀਕ ਹੋ ਗਿਆ। ਉਹਦਾ ਬੈਨੀਫਿਟ ਇਹ ਆ ਕਿ ਉਹ ਬੱਚੇ ਜਿਹੜੇ ਆ ਨਾ ਸਰਦੀ ਤੋਂ ਪਹਿਲੇ ਪਹਿਲੇ ਆ ਜਾਂਦੇ ਆ। ਠੀਕ ਹੋ ਗਿਆ, ਸਰਦੀ ਚਾਹੋ ਜਾਂ ਬੱਚੇ ਮਾਰਦੇ ਬਹੁਤ ਹੁੰਦੇ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬਰੀਡਰ ਛੋੜੀਦਾ ਵਾ, ਉਹ ਜਾਂ ਫਿਰ 9ਵੇਂ ਮਹੀਨੇ ਜਾਂ 10ਵੇਂ ਮਹੀਨੇ ਅਸੀਂ ਛੋੜ ਦਈਦਾ, ਉਹ ਵੀ ਫਿਰ ਜਦੋਂ ਸਰਦੀ ਗੁਜ਼ਰਦੀ ਗੁਜ਼ਰ ਜਾਂਦੀ ਹੈ ਮੁਕੰਮਲ, ਤੀਸਰਾ ਚੌਥਾ ਤੀਸਰਾ ਮਹੀਨਾ ਚੜ੍ਹਦਾ ਉਦੋਂ ਸੂਈਆਂ ਸ਼ੁਰੂ ਹੋ ਜਾਂਦੀਆਂ। ਹਾਂਜੀ ਉਦੋਂ ਸਹੀ ਆ। ਹਾਂਜੀ ਅਪ੍ਰੈਲ ਦੇ ਵਿੱਚ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਇਹ ਜਿਹੜੇ ਬੱਕਰੀਆਂ ਨੂੰ ਤੁਸੀਂ ਪੱਠਾ ਵਾ, ਇਹ ਜਾਂ ਸੂਈਆਂ ਵਾਲੀਆਂ ਆਪਣੀਆਂ ਬੱਕਰੀਆਂ, ਜਿਹਦੇ ਵਿੱਚ ਬੱਕਰਾ ਛੱਡਣਾ ਵਾ, ਉਦੋਂ ਖੁਰਾਕ ਦੀ ਕੋਈ ਅੱਛੀ ਚੀਜ਼ ਪਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਰੂਟੀਨ ਵਾਲੀ ਖੁਰਾਕ ਚੱਲਦੀ ਰਹਿੰਦੀ ਆ? ਉਦੋਂ ਇਹਨਾਂ ਦਾ ਵੰਡਾ ਜੀ ਟੋਟਕਾ ਜਾਂ ਕੋਈ ਚੀਜ਼ ਵਧਾਉਣੇ ਆ ਜਾਂ ਕੋਈ ਸਿਸਟਮ, ਉਹ ਵੀ ਦੱਸੋ। ਬਾਕੀ ਭਈ ਅਰਸ਼ਦ, ਦੇਸੀ ਟੋਟਕਾ ਜਿਹੜਾ ਹੈ ਨਾ, ਉਹ ਮੈਂ ਪਿਛਲੇ ਸਾਲ ਮੈਂ ਇਸਤੇਮਾਲ ਮੈਂ ਕੀਤਾ ਸੀਗਾ। ਹਾਂਜੀ ਹਾਂਜੀ, ਉਹ ਜਿਹੜੇ ਹਾਂ ਉਹਦੇ ਵਿੱਚ ਕੁਸੂ ਸੀ, ਉਸ ਤੋਂ ਬਾਅਦ ਤੇਲ ਸੀ, ਤੇ ਹੋਰ ਇੱਕ ਦੋ ਚੀਜ਼ਾਂ ਹੈ ਸੀਗੀਆਂ ਦੱਸ ਦੋ ਦੋਸਤਾਂ ਨੂੰ ਵੀ, ਤੇ ਕੁਸੂ ਔਰ ਤੇਲ, ਤੇ ਉਸ ਤੋਂ ਬਾਅਦ ਸੌਂਫ ਸੀਗੀ। ਠੀਕ ਹੈ ਨਾ? ਤੇ ਨਾਲ ਇੱਕ ਇੱਕ ਚੀਜ਼ ਹੋਰ ਹੈ, ਮੈਂ ਸਾਰੀਆਂ ਚੀਜ਼ਾਂ ਮੈਂ ਲਿਖੀਆਂ ਹੋਈਆਂ ਵਾ। ਚਲੋ ਫਿਰ ਤੇ ਸਾਨੂੰ ਤਸਵੀਰ ਦੇ ਦੇ, ਅਸੀਂ ਲਾ ਦਾਂਗੇ। ਹਾਂਜੀ ਠੀਕ ਹੋ ਗਿਆ। ਤੇ ਉਹ ਉਹਦੇ ਨਾਲ ਇਹ ਆ ਕਿ ਨਾ ਬੱਚਿਆਂ ਦੀ ਜਿਹੜਾ ਹੈ ਵਾ ਪੈਦਾਵਾਰ ਉਹ ਵੱਧ ਜਾਂਦੀ, ਤੇ ਨਾਲ ਅਸੀਂ ਜਿਹੜੀਆਂ ਪੱਠਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸੀਂ ਇੰਜੈਕਸ਼ਨ ਲਗਾਈਦਾ ਵਾ ਸੈਲੀਵੇਟ ਦਾ। ਸੈਲੀਵੇਟ? ਹਾਂ ਸੈਲੀਵੇਟ। ਉਹ ਕਿੰਨੇ ਦਿਨ ਪਹਿਲੇ ਲਗਾਉਣੇ ਹੁੰਦੇ ਤੁਸੀਂ? ਉਹ ਅਸੀਂ ਬੱਕਰਾ ਛੱਡਣ ਤੋਂ ਮਤਲਬ 10 ਦਿਨ ਬੱਕਰਾ ਛੱਡਣਾ, ਹਾਂਜੀ ਆਪਾਂ 5 ਨੂੰ ਛੱਡਣਾ ਵਾ, ਸਾਡਾ ਜ਼ੇਨ ਬਣ ਗਿਆ ਵੀ ਅਸੀਂ ਉਹਨਾਂ ਤੋਂ ਬੱਚੇ ਲੈਣੇ ਆ, ਉਹ ਕਿੰਨੇ ਦਿਨ ਪਹਿਲੇ ਭਾਈ ਸ਼ਾਹ ਛੱਡ ਲਾਉਂਦੇ ਨੇ ਇੰਜੈਕਸ਼ਨ, ਤੇ ਕਿੰਨੇ ਸੀਸੀ ਲਾਉਣੇ ਆ ਤੇ ਕਿੰਨੇ ਦਿਨ ਲਾਉਣੇ ਹੁੰਦੇ ਆ? ਉਹ ਸੈਲੀਬ੍ਰੇਟ ਜਿਹੜਾ, ਉਹ ਸੈਲੀਬ੍ਰੇਟ ਜਿਹੜਾ ਵਾ ਅਸੀਂ ਜਦੋਂ ਬੱਕਰਾ ਛੋੜਨਾ ਵਾ 15 ਦਿਨ ਪਹਿਲੇ ਜਿਹੜਾ ਨਾ ਅਸੀਂ ਉਹਨੂੰ ਲਗਾ ਦੇਣਾ ਵਾ ਪੱਠਾਂ ਨੂੰ। ਹਾਂ ਬੱਕਰੀਆਂ ਨੂੰ ਪੱਠਾਂ ਨੂੰ। ਹਾਂ ਬੱਕਰੀਆਂ ਨੂੰ ਔਰ ਪੱਠਾਂ ਨੂੰ ਸੈਲੀਬ੍ਰੇਟ ਔਰ ਵਿਟਾਮਿਨ AD3।
ਹਾਂਜੀ ਠੀਕ ਹੋ ਗਿਆ। ਜਿਹੜਾ ਵਿਟਾਮਿਨ A3 ਹੈ ਨਾ, ਇਹਦੇ ਨਾਲ ਬੱਕਰੀ ਦੇ ਅੰਦਰ ਜਿਹੜੇ ਐਗ ਜਿਹੜੇ ਹੈ ਵਾ ਅੰਡੇ ਜਿਹੜੇ ਉਹ ਜ਼ਿਆਦਾ ਤੋਂ ਜ਼ਿਆਦਾ ਬਣਦੇ ਆ। ਠੀਕ ਹੋ ਗਿਆ, ਦੋ ਬੱਚੇ ਤਿੰਨ ਬੱਚੇ ਦੇਣ ਦੀ ਸਲਾਹੀਤ ਸ਼ੁਰੂ ਹੋ ਜਾਂਦੀ ਹੈ। ਹਾਂਜੀ ਫਰਕ ਜਿਹੜਾ ਤਾਕਤ ਆ ਜਾਂਦੀ ਹੈ। ਠੀਕ ਹੋ ਗਿਆ, ਤੇ ਉਸ ਤੋਂ ਬਾਅਦ ਜੇ ਸੈਲੀਵੇਟ ਜਿਹੜਾ ਹੈ ਵਾ ਉਹ ਤੇ ਇਹਨਾਂ 15 CC ਮੈਂ ਲਗਾਉਣਾ ਹੁੰਦਾ ਵਾ, 5-5 CC ਹਰ ਹਫ਼ਤੇ ਹਫ਼ਤੇ ਬਾਅਦ ਇਹਨਾਂ ਨੂੰ ਮੈਂ ਲਗਾ ਦੇਣਾ ਹੁੰਦਾ ਵਾ। ਮਸਲਨ ਹਫ਼ਤੇ ਬਾਅਦ ਇੱਕੋ ਵਾਰੀ 15 CC ਲਾਉਣਾ? ਨਹੀਂ ਨਹੀਂ 5 CC। ਹਾਂ 5 CC ਹਫ਼ਤੇ ਹਫ਼ਤੇ ਬਾਅਦ ਇਹਨਾਂ ਨੂੰ ਲਗਾ ਦੇਣਾ। ਬੱਕਰੇ ਨੂੰ ਵੀ ਲਗਾਉਣੇ ਹੁੰਦੇ ਆ, ਬੱਕਰੇ ਦੀ ਕੀ ਤਿਆਰੀ ਲਾਉਣੇ ਹੁੰਦੇ ਆ ਜਾਂ ਬੱਕਰਾ ਜਦੋਂ ਛੱਡਦੇ ਆ ਵਿੱਚ ਬੱਕਰੇ ਉਹਦਾ ਕੀ ਟਾਈਮਿੰਗ ਹੁੰਦੀ ਆ, ਕੀ ਹਿਸਾਬ ਕਿਤਾਬ, ਕਿੰਨੀ ਦੇਰ ਤੱਕ ਬੱਕਰਾ ਵਿੱਚ ਰਹਿਣਾ ਚਾਹੀਦਾ, ਉਹ ਇੱਕ ਹੀ ਬੱਕਰਾ ਛੱਡਣਾ ਚਾਹੀਦਾ ਜਾਂ ਦੋ ਤਿੰਨ ਬਰੀਡਰ ਹੋਣੇ ਚਾਹੀਦੇ, ਕੀ ਸੀਨ ਉਹ ਵੀ ਦੱਸੋ ਜਰਾ। ਅਸੀਂ ਜਦੋਂ ਵੀ ਇਹ ਹੁਣ ਬੱਕਰੀਆਂ ਜਦੋਂ ਕਰਾਸ ਕਰਵਾਉਣੀਆਂ ਹੈਗੀਆਂ ਨਾ, ਅਸੀਂ ਪੋਰਸ਼ਨ ਵਾਈਜ਼ ਜਿਹੜੀਆਂ ਨਾ ਬੱਕਰੀਆਂ ਅਸੀਂ ਡਿਵਾਈਡ ਅਸੀਂ ਕਰ ਦੇ ਦੀਆਂ ਵਾ। ਹਰ ਬਰੀਡਰ ਦੇ ਜਿਵੇਂ ਜਿਹੜੀਆਂ ਨਾ ਬੱਕਰੀਆਂ ਲਗਾ ਦੇਣੀਆਂ ਹੁੰਦੀਆਂ ਕਿ ਇੰਨੀਆਂ ਇੰਨੀਆਂ ਬੱਕਰੀਆਂ ਜਿਹੜੀਆਂ ਨਾ ਐਸ ਬੱਕਰੇ ਕੋਲ ਅਸੀਂ ਵੀ ਕਰਵਾਉਣੀਆਂ ਵਾ। ਸਾਰਾ ਦਿਨ ਬੱਕਰੇ ਨੇ ਬੱਕਰੀਆਂ ਵਿੱਚ ਰਹਿਣਾ, ਰਾਤ ਨੂੰ ਅਸੀਂ ਜਿਹੜੇ ਬਰੀਡਰ ਅਸੀਂ ਕੱਢ ਦੇਈਦੇ ਆ। ਤੇ ਜਦੋਂ ਬਰੀਡਰ ਦੀ ਤਿਆਰੀ ਜਿਹੜੀ ਹੈਗੀ ਆ, ਬਰੀਡਰ ਨੂੰ ਅੱਛਾ ਵੰਡਾ ਅੱਛੀ ਖੁਰਾਕ ਪਾਈ ਦੀ ਆ, ਦੂਸਰੇ ਨੰਬਰ ਤੇ ਉਹਨੂੰ ਵੀ ਵਿਟਾਮਿਨ A3 ਦਾ ਇੰਜੈਕਸ਼ਨ ਜਿਹੜਾ ਨਾ ਉਹ ਲਗਾਈ ਰੱਖੀਦਾ ਹਰ ਹਫ਼ਤੇ ਬਾਅਦ ਜਿਹੜਾ ਨਾ ਵੱਡਾ ਬਰੀਡਰ ਜਿਹੜਾ ਵਾ ਉਹਨੂੰ 10 CC ਉਹਨੂੰ ਲਗਾਈ ਰੱਖੀਦਾ ਵਾ। ਜਿੰਨੀ ਦੇਰ ਤੱਕ ਬਰੀਡਰ ਜਿਹੜਾ ਹਾਂ ਬੱਕਰੀਆਂ ਦੇ ਵਿੱਚ ਹੈ ਵਾ, ਚਾਹੇ ਬੱਕਰਾ ਅਸੀਂ ਇੱਕ ਮਹੀਨਾ ਰੱਖ ਲਈਏ ਚਾਹੇ ਅਸੀਂ 15 ਦਿਨ ਰੱਖ ਲਈਏ, ਉਹ ਹਫ਼ਤੇ ਬਾਅਦ ਉਹਨੂੰ 10-10 CC ਲਾਉਣਾ ਵਿਟਾਮਿਨ A3। ਹਾਂਜੀ ਉਹ ਲਗਾਉਣਾ ਹੁੰਦਾ ਵਾ। ਠੀਕ ਹੋ ਗਿਆ, ਤੁਸੀਂ ਆਪਣਾ ਨੰਬਰ ਫੋਨ ਦੇ ਦਿਓ, ਮੇਰਾ ਫੋਨ ਨੰਬਰ ਟੀ ਨਾਲ ਚੱਲਦਾ, ਜਾਂ ਤੁਹਾਨੂੰ ਦੋਸਤ ਫੋਨ 'ਤੇ ਰਾਬਤਾ ਕਰੇ ਜਾਂ ਵਟਸਐਪ 'ਤੇ ਕਰਿਓ, ਨੰਬਰ ਦਿਓ ਆਪਣਾ। ਅਤੇ ਅਗਰ ਤੁਸੀਂ ਵਕਤ ਜਾਨਵਰ ਬੱਕਰੀਆਂ ਤੁਹਾਡਾ ਆਪਣਾ ਸ਼ੌਕ ਨਾ ਸੇਲ ਕਰੋ, ਉਹ ਤਾਂ ਸੇਲ ਕਰਨੇ ਨਾ ਕੁਰਬਾਨੀ ਵਾਲੇ। ਹਾਂਜੀ ਅਤੇ ਉਹਨਾਂ ਦੇ ਬਾਰੇ ਫਿਰ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ ਅਤੇ ਦੱਸੋ ਜਰਾ, ਆਪਣਾ ਨਾਂ ਦੱਸ ਦਿਓ, ਲੋਕੇਸ਼ਨ ਦੱਸ ਦਿਓ ਆਪਦੀ। ਵਟਸਐਪ ਨੰਬਰ ਹੈ 0345-5591-611 45-5591-611 ਹਾਂਜੀ 0345-5591-611 611 ਠੀਕ ਹੋ ਗਿਆ। ਹਾਂਜੀ ਤੇ ਉਸ ਤੋਂ ਬਾਅਦ ਲੋਕੇਸ਼ਨ ਦਿਓ ਆਪਦੀ। ਅਬਦੁਲ ਵਹਾਬ ਗੋਟ ਫਾਰਮ ਵਿਹਾੜੀ, ਜ਼ਿਲ੍ਹਾ ਵਿਹਾੜੀ। ਹਾਂਜੀ ਹਾਂਜੀ ਤਹਿਸੀਲ ਉਹ ਜ਼ਿਲ੍ਹਾ ਵਿਹਾੜੀ ਆ। ਠੀਕ ਹੋ ਗਿਆ, ਤੇ ਜਿਹੜਾ ਚੈਨਲ ਉਹਦਾ ਆਪਣਾ ਨਾਂ ਦੱਸ ਦਿਓ। ਚੱਕ ਨੰਬਰ 12WB ਹੈ, ਪਿੰਡ ਆਪਣਾ 12WB ਹੈ। ਠੀਕ ਹੋ ਗਿਆ, ਸਟਾਫ ਕੁਸਮਸਾਰ ਤਾਰਕਾਬਾਦ ਤਾਰਕਾਬਾਦ ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਚੈਨਲ ਚਲਾ ਰਹੇ ਹੋ ਉਹਦਾ ਵੀ ਦੱਸ ਦਿਓ ਜ਼ਰਾ, ਅਸੀਂ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ। ਅਬਦੁਲ ਵਹਾਬ ਗੋਟ ਫਾਰਮ ਵਿਹਾੜੀ ਦੇ ਨਾਮ ਤੋਂ ਮੇਰਾ ਚੈਨਲ ਹੈ ਬਾਈ, ਉਹਨਾਂ ਦਾ ਚੈਨਲ ਵੀ ਹੈਗਾ, ਉਹ ਵੀ ਤੁਸੀਂ ਚੈੱਕ ਕਰੋ ਜੀ, ਡਿਸਕ੍ਰਿਪਸ਼ਨ 'ਚ ਤੁਹਾਨੂੰ ਉਹਦਾ ਦੇ ਦਿੰਦੇ ਲਿੰਕ ਵੀ, ਉਹ ਵੀ ਚੈੱਕ ਕਰਿਓ ਮਾਸ਼ਾਅੱਲਾ। ਅਤੇ ਬਾਈ ਉਹਨਾਂ ਨਾਲ ਗੱਪ ਸ਼ੱਪ ਕਰਕੇ ਮਜ਼ਾ ਆਇਆ, ਅਤੇ ਦੋਸਤਾਂ ਦਾ ਬਹੁਤ ਸ਼ੁਕਰੀਆ, ਲਾਈਕ ਕਰੋ, ਸ਼ੇਅਰ ਕਰੋ ਵੀ ਇਹਨੂੰ ਚੈਨਲ ਨੂੰ ਮੇਰੇ ਨੂੰ, ਅਤੇ ਸਬਸਕ੍ਰਾਈਬ ਕਰੋ। ਅਸਲਾਮ ਵਾਲੇਕੁਮ।